ਹਾਂ ਵੀ ਯਾਰੋ ਅਤੇ ਸੱਜਣੋ ਮਿੱਤਰੋ ਬੇਲੀਓ, ਅਤੇ ਅੱਜ ਅਸੀਂ ਛੋਟੇ ਭੀਮ ਦੀ ਗੇਮ ਦੀ ਨਵੀਂ ਸਟੇਜ ਦੇ ਨਾਲ ਆਏ ਹਾਂ। ਅਤੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ। ਕੀ ਕਰੋ ਫਾਤਮਾ? ਲਾਈਕ ਸਬਸਕ੍ਰਾਈਬ। ਉਹ ਸਬਸਕ੍ਰਾਈਬ ਨਹੀਂ ਹੈ ਪੁੱਤਰੀ, ਲਾਈਕ ਅਤੇ ਸਬਸਕ੍ਰਾਈਬ ਕਰੋ। ਭਾਈ ਫਾਰਸੂ ਨੂੰ ਪਾਓ, ਉੱਤੇ ਪੱਥਰ ਵੀ ਪਿਆ ਸੀ, ਉਹਨੂੰ ਗੋਲਾ ਲੱਗ ਮਾਰ ਦਿੰਦਾ। ਜਾਂਦੇ ਜਾਂਦੇ ਬਾਂਦਰ ਨੇ ਸਾਨੂੰ ਕੀ ਦੇ ਦਿੱਤਾ, ਉਹ ਤੋਪਾਂ ਦੇ ਉਹ ਉੱਤੇ ਆਟਾ ਪਰ ਹੋਇਆ ਕੀ ਬਣ ਗਿਆ, ਉਹ ਫਿਰ ਆ ਗਈ ਤੋਪ ਹੀ ਹੱਥ ਸਾਡੇ ਲੱਗਦਾ। ਜਾਂਦੇ ਇਹ ਆ ਗਿਆ, ਇਹ ਪੱਥਰ ਨੂੰ ਫਿਰ ਟੱਕ ਕਰੋ ਦੁਬਾਰਾ, ਫਿਰ ਉਹਨੂੰ ਹੀ ਟੱਕ। ਫਾਰਸੂ ਪਹਾੜੇ ਨੂੰ ਇਹ ਨਾ ਜਾਵੇ ਕਿਤੇ ਬਾਂਦਰ, ਉਹ ਉਲਟਵਾਈਆਂ ਲੱਗ ਗਈਆਂ ਮਾਰਤੇ ਹੀ ਹੋਇਆ। ਆ ਗਿਆ ਹੀ ਪਾਰ ਉਸ ਟੈ ਲਓ ਜੀ। ਹੁਣ ਅਸੀਂ ਨਵੀਂ ਸਟੇਜ ਨੂੰ ਛੋਟਾ ਭੀਮ ਦੇ ਮੋਟਰਸਾਈਕਲ ਦੇ ਉੱਤੇ, ਓਹੋ ਪਹਿਲਾਂ ਹੀ ਸਾਡਾ ਸਿਰ ਕਰਨੇ ਪੈ ਗਿਆ ਮੋਟਰਸਾਈਕਲ। ਛੋਟਾ ਭੀਮ ਸਾਡਾ ਹੀਰੋ, ਓਹੋ ਸਿੱਧਾ ਚਲੋ 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 ਫੜੋ ਇਹਨੂੰ। ਨਹੀਂ ਨਹੀਂ ਹਾਂਜੀ ਕਿਸੇ ਨਹੀਂ ਜਾਂਦਾ, ਫੜ ਲਏ ਸਾਡੇ ਹੱਥ ਆ ਗਿਆ ਛੋਟਾ ਭੀਮ ਦਾ ਥੋੜ੍ਹਾ। ਓਹੋ ਬਚ ਗਿਆ। ਸਾਰੇ ਕੁੱਤੇ ਦੇ ਪੱਤਰ ਦੇ ਵਾਸਤੇ ਇੱਥੇ ਬੰਦ ਦੇ ਇੱਥੇ ਬੰਦ ਨੇ ਸਾਨੂੰ ਕੋਈ ਹੋਰ ਸ਼ਾਇਦ ਫੜਾਤੀ ਹੈ। ਜਾਂਦੇ ਉਲਟ ਬਾਜੀਆਂ ਲੱਗ ਗਈਆਂ ਸਾਡੀ, ਬੰਦੇ ਦੇ ਪੁੱਤਰ ਬਣੋ ਹੈ ਇਕੱਲਾ ਦੇਖ ਕੇ ਛੋਟੇ ਭੀਮ ਨੂੰ ਕੁੱਟਦੇ ਹੋ, ਕਿੱਥੇ ਜਾਣਾ ਪਿਆ ਤੇਰੇ ਮਗਰ ਹੀ। ਆਹੋ ਫਿਰ ਸਾਡੀ ਉਲਟ ਬਾਜੀ ਲੱਗ ਗਈ। ਚੱਲਦੀ ਸਿੱਧਾ ਸਿੱਧਾ ਜਾਂਦੇ ਤਰਬੂਜ਼ਾ ਆ ਕੇ ਦੁਆਣਾ ਤਰਬੂਜ਼ਾ ਨੇ ਬਈ ਦੁਆਣਾ ਆ ਗਿਆ ਦੁਆਣਾ। ਉਹ ਸਿੱਧਾ ਤੇ ਉਹ ਛੋਟੇ ਭੀਮ ਕਿਆ ਕੀਆ, ਇਹ ਨਸ਼ਾ ਕੀਆ ਹੁਆ ਹੈ, ਜਾਣਾ ਇਹ ਕਿਆ ਕਰਦੀ ਹੈ, ਪੋਤਲ ਪੀ ਹੈ ਪੋਤਲ। ਹਾਂਜੀ ਇਹ ਸਟੇਜ ਹੋ ਗਈ ਸਾਡੀ ਕੰਪਲੀਟ। ਓਏ ਹੁਣ ਅਸੀਂ ਅਗਲੀ ਛੋਟੇ ਭੀਮ ਦੀ ਨਵੀਂ ਸਟੇਜ ਨਾ, ਚੱਲ ਤੁਸੀਂ ਛੋਟਾ ਭੀਮ ਸਟਾਰਟ ਕਰੋ। ਓਹੋ ਤੋਪ ਸਾਡੇ ਹੱਥ ਪਹਿਲੇ ਫੜਾਤੀ ਇਹਨਾਂ ਨੇ, ਵਾਜੀ ਵਾ ਅੱਗਾਂ ਲਾ ਦਿਆਂਗੇ ਤਾਂ ਗੋਲਿਆਂ ਨਾਲ ਬਰਸਾ ਦਿਆਂਗੇ, ਬੈਨ ਹਰ ਸ਼ਾਇ ਤਬਾਹ ਕਰ ਦਿਆਂਗੇ। ਉਹ ਅੱਗਾਂ ਓਹੋ ਇੱਕ ਤਾਂ ਤੋਪ ਦਾ ਵਜ਼ਨ ਹੀ ਬੜਾ ਆਉਂਦਾ, ਉਲਟੀ ਹੋ ਗਈ ਹੈ। ਜਾਣਦੇ ਛੋਟਾ ਭੀਮ ਤੇਰੀ ਇਹਨਾਂ ਦੀ ਮਾਂ ਦੇ ਫੜ ਦੇਣ, ਕੋਈ ਬਚ ਕੇ ਨਾ ਜਾਵੇ ਗੁੰਡੇ ਸਾਡੇ ਉੱਤੇ। ਓਹਾ ਕਿਆ ਬਾਤ ਹੈ, ਲੈ ਬਈ ਇਹ ਕੀ ਪਿੱਛੇ ਲਾਈ ਫਿਰਦਾ, ਕੰਡੇ ਕੰਜਰ ਲਾਈ ਫਿਰਦਾ ਹੀ ਹੈ, ਮਾਰਦਾ ਹੀ ਸਾਨੂੰ ਸਿੱਧਾ ਇਹਨਾਂ ਦੇ ਮਗਰ ਚੜ ਕੇ ਰਹਿ ਇਕੱਲਾ ਭੀਮ ਭਾਵੇਂ, ਲੇਕਿਨ ਹੈ ਸਿੱਧਾ ਦਾ ਭੀਮ ਭੀਮ ਛੋਟਾ ਭੀਮ। ਹੋ ਗਿਆ ਫਾਰਸੂ ਓ ਯੈਸ, ਬੜੀ ਕੋਸ਼ਿਸ਼ ਕੀਤੀ ਬੰਦ ਨੇ ਲੇਕਿਨ ਹਾਰ ਗਿਆ। ਆਈ ਹੁਣ ਅਸੀਂ ਨਵੀਂ ਸਟੇਜ ਦੇ ਨਾਲ ਛੋਟੇ ਭੀਮ ਦੇ ਵਿੱਚ ਹਾਜ਼ਰ ਹੋਣ ਲੱਗੇ ਹਾਂ। ਅਗਲੀ ਸਟੇਜ ਸਾਡੀ ਹੁਣ ਸ਼ੁਰੂ ਹੋਣ ਵਾਲੀ ਹੈ, ਅਸੀਂ ਥੋੜ੍ਹੀ ਦੇਰ 'ਚ ਲਓ ਜੀ। ਉਹ ਛੋਟਾ ਭੀਮ ਫਿਰ ਐਕਸ਼ਨ 'ਚ ਆ ਗਿਆ, ਇਸ ਦਾ ਬਾਅਦ ਲੱਗਦਾ ਪਹਾੜ ਪੁੱਠੇ ਸਿੱਧੇ ਬਣਾ ਛੱਡੇ ਸਾਡੇ ਵਾਸਤੇ, ਗੇਮ ਦੇ ਵਿੱਚ ਮੁਸ਼ਕਲ ਕਰਤੀ ਗੇਮ। ਚੱਲ ਸਾਡੀ ਤਾਂ ਗੱਡੀ ਉਲਟਵਾਈਆਂ ਖਾਈ ਜਾਂਦੀ ਹੈ ਤਾਂ। ਵਾਹ ਬਈ ਵਾਹ, ਬਿਲਕੁਲ ਸਿੱਧੀ ਉਤਰ ਗਈ, ਵਾਹ। ਆ ਦਿੱਤੇ ਸਾਨੂੰ ਬਾਂਦਰ ਨੇ ਫਿਰ ਕੋਈ ਡੰਡੇ ਦਾ ਨਾਂ ਪਤਾ ਨਹੀਂ ਕੀ ਹੈ, ਮਜ਼ਾ ਜਿਹਾ ਥੋੜ੍ਹਾ ਹੀ ਹੈ, ਛੋਟੇ ਭੀਮ ਦਾ ਕੋਈ ਹਥਿਆਰ ਹੈ। ਉਹ ਚੁੱਕਿਆ ਨਹੀਂ ਜਾਣ ਦਿਆ, ਉਲਟਾ ਹੀ ਕਰੀ ਜਾਂਦਾ ਸਾਨੂੰ। ਹੁਣ ਮਾਰੇ ਸਿਰ ਦੇ ਵਿੱਚ ਥਕਾ ਗਿਆ, ਯੈਸ ਚੱਲ ਪਜਾ ਕੇ ਰੱਖ, ਬਾਕੀ ਦੁਸ਼ਮਣ ਵੀ ਫੜਨੇ ਸਾਰੇ ਅਸੀਂ। ਇਹਨਾਂ ਦਾ ਤਾਂ ਪਤਾ ਨਹੀਂ ਬੜਾ ਖਾ ਕੀ ਫੜਾ ਦਿੱਤਾ ਬਾਂਦਰ ਨੇ ਐਸ ਵਾ ਸਾਨੂੰ। ਅੱਗੇ ਸੂਰਮਾ ਆ ਕੇ ਖੜਾ ਹੋ ਗਿਆ, ਛੋਟਾ ਭੀਮ ਆਪਣੀ ਤੱਕ ਜਗਾਓ, ਇਹਦੇ ਉੱਤੇ ਗੱਡੀ ਚੜਾ ਦੇ ਨੇ, ਇੰਜ ਨਹੀਂ ਪਰੇ ਹੋਣਾ। ਚੱਲ ਤੂੰ ਜ਼ਰਾ ਪਿੱਛੋਂ ਭਜਾ ਕੇ ਲਿਆ, ਜਿੱਤ ਗਏ, ਬੜਾ ਭਲਵਾਨ ਲੈ ਕੇ ਆਏ। ਲਓ ਜੀ ਅਸੀਂ ਅਗਲੀ ਸਟੇਜ 'ਤੇ ਆ ਗਏ ਹਾਂ। ਉਹ ਪੱਥਰ ਆਉਣ ਲੱਗ ਪਏ ਅੱਗੋਂ, ਓਏ ਅੱਛਾ ਪੱਥਰ ਤੋੜਿਆ, ਉਹਦੇ ਕਰੰਸੀ ਨਿਕਲਦੀ ਹੈ, ਥੱਲੇ ਨਾ ਡੇ ਪਈ ਥੱਲੇ ਨਾ ਡੇ ਪਈ
ਜਾਂਦਾ ਪਿਆ ਹੈ ਬੜੀ ਜ਼ਬਰਦਸਤ ਹਨੇਰੇ ਹਨੇਰੇ ਵਿੱਚ ਗੇਮਾਂ ਖੇਡ ਰਿਹਾ ਛੋਟਾ ਜੀ ਬੱਚੇ ਬੱਚੇ ਬਾਈਏ ਠੀਕ ਹੈ ਯੈਸ ਬੋਲ ਉਹ ਟੁੱਟ ਗਈ ਬੋਲ ਉਹ ਮਾਰ ਕੇ ਸਿੱਧਾ ਡੇਕੀ ਯੈਸ ਬਚ ਗਏ ਬਾਈ ਜੀ ਨੇ ਸਿਰ ਪਾੜ ਜਾਣਾ ਛੋਟੇ ਬੀਮ ਦਾ ਵਾਹ ਬਈ ਵਾਹ ਤਾਂ ਗੱਡੀ ਬੜੀ ਜਦੋਂ ਸਿੱਧੀ ਚੜ ਜਾਂਦੀ ਤਾਂ ਸਾਡਾ ਦਰਖਤੀ ਟੁੱਟ ਗਿਆ ਅਸੀਂ ਕੀ ਕਰਨਾ ਰੁਕ ਗਏ ਇਸ ਸੜਕ 'ਤੇ ਤੁਰਿਆ ਰਿਹਾ ਸੜਕ ਹੈ ਕਿ ਘੁੰਮ ਘੁਮੇਰੀ ਆ ਉਹ ਸਿੱਧੇ ਨਿਕਲੇ ਅਸੀਂ ਫੜੇ ਹੀ ਨਹੀਂ ਗਏ ਆ ਗਿਆ ਕੀ ਹੈ ਇਹਨੂੰ ਤਾਂ ਪਰੇ ਕਰ ਥੋੜ੍ਹਾ ਸਿੱਧੇ ਪਿੱਛੇ ਪਿੱਛੇ ਹੋ ਨਾ ਬੀਮ ਸਾਹਿਬ ਸਿੱਧੇ ਹੋ ਜਾਓ ਅੱਛਾ ਹੈ ਯੈਸ ਵਾਹ ਬਈ ਵਾਹ ਗੱਡੀ ਦੇ ਨਾਲ ਹੀ ਸਭ ਕੁਛ ਤਰੱਕੇ ਲੈ ਗਏ ਹਾਂ ਪਾਰ ਹੋ ਗਈ ਸਾਡੀ ਨਵੀਂ ਸਟੇਜ ਆ ਗਈ ਦੋਸਤਾਂ ਮੁਸ਼ਕਿਲ ਗੇਮ ਉੱਥੇ ਪੱਥਰ ਟੁੱਟ ਹੀ ਜਾਂਦੇ ਆ ਅਸੀਂ ਅਤੇ ਛੋਟਾ ਬੀਮ ਤੋੜਨ ਗਿਆ ਲੱਗਦਾ ਤਾਂ ਛੋਟਾ ਬੀਮ ਦੇ ਜਵਾਬ ਹੈ ਵਾਹ ਟੱਕਰ ਸਿੱਧੀ ਪੱਥਰ ਨੂੰ ਇਹ ਬਾਂਦਰ ਕੀ ਦੇਖ ਗਿਆ ਬੱਦਲ ਇਹ ਬੱਦਲ ਦੇਖਣੇ ਕੀ ਕਰਦੇ ਆ ਕੰਜਰ ਗੱਡੀ ਤੇ ਭੱਜਦੇ ਆ ਉਹਨੂੰ ਫੜੋ ਦੀਨ ਸਾਹਿਬ ਦੋ ਤਿੰਨ ਆ ਗਏ ਨਹੀਂ ਨਿਕਲ ਗਿਆ ਨਿਕਲ ਗਿਆ ਅੱਗੇ ਅੱਗੇ ਸਾਡੇ ਉੱਤੇ ਹੀ ਪੱਥਰ ਪੋਲ ਹੀ ਟੁੱਟ ਗਿਆ ਨਿਕਲ ਆਏ ਉੱਥੋਂ ਦੀ ਕੰਜਰ ਆ ਗਏ ਦੋ ਜਣੇ ਸਿੱਧਾ ਆ ਜੀ ਆ ਬਾਹਰ ਨਿਕਲ ਗਏ ਕਿਤੇ ਚੜ੍ਹ ਗਏ ਇਹ ਲਾਈਟਾਂ ਬਾਲਣ ਲੱਗ ਪਿਆ ਕੋਠਿਆਂ 'ਚ ਅੱਛਾ ਜੀ ਉਹ ਛੱਤ ਪਾੜ ਕੇ ਨਿਕਲ ਆ ਗਿਆ ਦੀਨ ਦੀਨ ਸ਼ੇਰ ਆ ਲੈ ਉਹ ਬਾਂਦਰ ਨੇ ਉੱਥੇ ਡੰਡਾ ਫੜਾ ਦਿੱਤਾ ਸਾਨੂੰ ਵੀ ਹਰ ਚੀਜ਼ ਤੋੜ ਦਿਆਂਗੇ ਆ ਜਾਂਦਾ ਹੈ ਪਾਰ ਹੋ ਗਈ ਉਹ ਇਹੀ ਤਾਂ ਮੁਸ਼ਕਿਲ ਸੀ ਥੋੜ੍ਹੀ ਜਿਹੀ ਲੇਕਿਨ ਕੋਈ ਨਾ ਹਾਂਜੀ ਅਗਲੀ ਸਟੇਜ ਸ਼ੁਰੂ ਹੋਣ ਲੱਗੀ ਹਨ ਸਾਡੀ ਮੋਟਰਸਾਈਕਲ ਵਾਹ ਅੱਛਾ ਜੀ ਮੋਟਰਸਾਈਕਲ ਚੜ੍ਹਨਾ ਉੱਥੇ ਚਲਾਉਣਾ ਇਹ ਕੀ ਬਣਿਆ ਅੱਛਾ ਉਸ ਤੋਂ ਹੀ ਮੁਸ਼ਕਿਲ ਗੇਮ ਸੀ ਇਹ ਫਿਰ ਪੱਥਰ ਆ ਗਿਆ ਇਹਨੂੰ ਤੋੜਤਾ ਜੀ ਸੁਝਾ ਦਾ ਸਿੱਧੀ ਲੈਂਡਿੰਗ ਕਰਤੀ ਜੀ ਵੈਲ ਡਨ ਬਣਾਉਣਾ ਸਾਨੂੰ ਤੰਗ ਕਰੀ ਜਾਂਦਾ ਵਾਹ ਉਹ ਤਾਂ ਵੀ ਮੋਟਰਸਾਈਕਲ ਸਹੀ ਚਲਾਉਂਦਾ ਹੀ ਪਿਆ ਗੱਡੀ ਨੂੰ ਘੁਮਾ ਦੇ ਜਾਣਾ ਕਿਤੇ ਅੱਛਾ ਨਾਲ ਸੜਕ ਹੈਗੀ ਆ ਸਾਨੂੰ ਗੇਮ ਖੇਡਣ ਲੱਗਾ ਬੜਾ ਮਸਲਾ ਬਣਾਉਂਦੇ ਆ ਉਹ ਉੱਠ ਜਾ ਸਿਰ 'ਤੇ ਲੱਗ ਗਈ ਹੈ ਚੱਲ ਸ ਉੱਦਾਂ ਛੱਤਾਂ ਸਾਨੀ ਵਾਹ ਬਈ ਵਾਹ ਛੱਤੋ ਛੱਤੀ ਗਏ ਨੇ ਉਹ ਪਾਰ ਹੋ ਗਈ ਹਾਂਜੀ ਇਹ ਵੀ ਸਟੇਜ ਪਾਰ ਨਵੀਂ ਸਟੇਜ ਆ ਗਈ ਸਾਡੀ ਸਟਾਰਟ ਹੁੰਦਾ ਸਟੇਜ ਔਖੀ ਹੋ ਗਈ ਇਹ ਜਾਣਾ ਕਿਵੇਂ ਕਿੱਦਾਂ ਦੇ ਰਾਹ ਬਣਾਏ ਫਿਰ ਤੋੜਨੇ ਪਿਆ ਇਹ ਛੋਟਾ ਬੀਮ ਉੱਠ ਘੁਮਾ ਦੇ ਗੈਸ ਹੋ ਗਿਆ ਉਲਟ ਬਾਜੀਆਂ ਲੱਗ ਗਈਆਂ ਸਾਡੀਆਂ ਨੇ ਬੀਮਾ ਸਿੱਧਾ ਹੋਇਆ ਬੀਮਾ ਇਹ ਬੀਮ ਮੈਂ ਕਿਹਾ ਬੀਮਾ ਹੋਏ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਚੱਲ ਸਿੱਧਾ ਹੋਇਆ ਕਿੱਥੇ ਵਾਪਸ ਕਿੰਨੇ ਕਿੱਥੇ ਆ ਗਿਆ ਸਾਰੇ ਦੁਸ਼ਮਣ ਭੱਜ ਗਏ ਹੋਏ ਅੱਗੇ ਜਾ ਕੇ ਰੱਖ ਸ਼ੇਰ ਦਾ ਪੁੱਤਰ ਬਾਣ ਯੈਸ ਯੈਸ ਚੱਲ ਸਿੱਧਾ ਸਾਡਾ ਤਾਂ ਉਪਵਾਈਆਂ ਬੜੀਆਂ ਲੱਗਦੀਆਂ ਵਾਹ ਦਬੰਗ ਇੰਟਰੀ ਵਾਹ 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 ਕਿਆ ਬਾਤ ਹੈ ਕਿਆ ਬੋਲ ਕਿੰਨਾ ਪਿੱਛੇ ਹੋਣੇ ਇਹ ਕੀ ਬਣ ਰਿਹਾ ਯਸ ਪੁਜਾ ਕੇ ਰੱਖ ਹਵਾ ਤੇ ਕਿਉਂ ਉੱਡਣ ਲੱਗ ਪੈਂਦਾ ਚੋ ਬਸ ਚੋ ਵੀ ਬਜੇ ਤੋਂ ਜ਼ਿਆਦਾ ਪਿੱਛੇ ਨਹੀਂ ਗਏ ਵਾਹ ਬੰਦੇ ਉੱਤੇ ਚਲਾ ਰਿਹਾ ਛੋਟਾ ਬੀਮ ਬੀਮ ਛੋਟਾ ਬੀਮ ਬੀਮ ਬੀਮ
सीधा 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 हो गया चला।